चलो भी चल पे चल चल पे जी। हाँ चल पे। हाँ जी लाइव चल चुका है। सत श्री अकाल जी सारे भैन भरावां नूं जिन्ने भी जाने तुसीं साडे नाल लाइव ते जुड़ोगे। मैं थोड़े नाल दो तने गल्लां जिहड़ियां पंजाब दीआं सांझीआं करनीआं नेगीआं, खास करके खेतीबाड़ी दीआं, क्योंकि असीं किसान असीं खेती करदे हां बई। खेतीबाड़ी साडा जद्दी पुश्ती धंदा सी, आपदे खेतीबाड़ी दीआं जिहड़ियां मुश्किलां उह तुहाडे सामणे लोकां सामणे रखदे रहिणे। लोकां सामणे नहीं मैं मुश्किलां रखदा, कल्ला मेरा लाइव आम लोग नहीं सुनते, मेरी हर एक वीडियो हर एक मेरी कही हुई गल पंजाब दे बड़े तो बड़ा लीडर सुनता, जिहड़े मर्जी नूं जाके पुछ लिओ। ऐ नहीं पता हुणे च पांच चार लीडर मेरे बड़े लाइव देखी जांदे हुण, क्योंकि इत्थों कही हुई गल हर एक दे जांदे। जिन्ने भी मैं लीडरां नूं मिलदा हरेक कहिंदा तूं सानूं गालां बहुत कढ़दा, क्योंकि उहनां नूं पता वी उह मेरी वीडियो सुणदे ने, उहनां ने मिर्चां लगदियां नेगियां, तूं सानूं ऐ बोलदा सानूं ऐ बोलदा बोलदा। मैं तां है क्योंकि पंजाब दे मुद्दे ने तुसीं पंजाब नूं लुट के खा लिया, ਤੁਸੀਂ ਪੰਜਾਬ ਦਾ ਸਾਰਾ ਤਬਾਹ ਕਰਤਾ ਸਾਰਾ ਕੁਝ, ਇਸ ਕਰਕੇ ਮੈਂ ਪੰਜਾਬ ਦੇ ਮੁੱਦਿਆਂ ਤੇ ਜਿੰਨਾ ਟਾਈਮ ਤੇ ਰਾਜਨੀਤੀ ਸਹੀ ਨਹੀਂ ਹੁੰਦੀ ਉਹਨਾਂ ਟਾਈਮ ਅਸੀਂ ਇਹ ਮੁੱਦਿਆਂ ਤੇ ਬੋਲਦੇ ਰਵਾਂਗੇ। ਹੁਣ ਤੁਹਾਡਾ ਫਰਜ਼ ਆਮ ਲੋਕਾਂ ਦਾ ਵੀ ਖਿੱਚ ਕੇ ਲਾਈਵ ਨੂੰ ਸ਼ੇਅਰ ਕਰ ਦਿਓ, ਖਿੱਚ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਮੈਂ ਜਿਹੜੀਆਂ ਪੰਜਾਬ ਦੇ ਤੁਹਾਡੇ ਅੱਗੇ ਜਿਹੜੀਆਂ ਗੱਲਾਂ ਰੱਖਣ ਲਈ ਜਾ ਰਿਹਾ ਉਹ ਆ ਹੋਰ ਸਾਰੀਆਂ ਜਨਤਾ ਤੱਕਰ ਪਹੁੰਚ ਜਾਣ, ਲੀਡਰਾਂ ਤੱਕਰ ਪਹੁੰਚ ਜਾਣ। ਸੋਸ਼ਲ ਮੀਡੀਆ ਇੱਕ ਅੱਜ ਇੱਕ ਅਜਿਹੀ ਚੀਜ਼ ਬਣ ਚੁੱਕਿਆ ਹੈ ਕਿ ਸਾਨੂੰ ਇਸ ਦਾ ਐਡਾ ਕੁ ਜ਼ਿਆਦਾ ਸਹਾਰਾ ਹੈ ਕਿ ਅਸੀਂ ਪਹਿਲਾਂ ਅਖਬਾਰਾਂ ਦੀਆਂ ਮਿੰਨਤਾਂ ਕੱਢਦੇ ਕੋਈ ਖਬਰ ਲਵਾਉਣ ਲਈ, ਫਿਰ ਅਸੀਂ ਟੀਵੀ ਚੈਨਲਾਂ ਦੀਆਂ ਮਿੰਨਤਾਂ ਕੱਢਦੇ। ਅੱਜ ਕਿਸੇ ਦੀ ਮਿੰਨਤ ਕੱਢਣ ਦੀ ਲੋੜ ਨਹੀਂ, ਅੱਜ ਆਪਦਾ ਇੱਥੇ ਤੁਸੀਂ ਆਪਣੀ ਹਰ ਇੱਕ ਪੱਖ ਹਰ ਇੱਕ ਗੱਲ ਲੋਕਾਂ ਸਾਹਮਣੇ ਰਾਜਨੀਤਿਕ ਲੀਡਰਾਂ ਸਾਹਮਣੇ ਰੱਖ ਸਕਦੇ ਹੋ। ਮੈਂ ਗੱਲ ਕਰਨੀ ਆ ਬਾਈ ਪੰਜਾਬ ਦੀ ਖੇਤੀ 'ਤੇ ਅਤੇ ਪੰਜਾਬ ਦੇ ਬਿਜਲੀ ਸੰਕਟ 'ਤੇ ਅਤੇ ਪੰਜਾਬ ਦੇ ਪਾਣੀ 'ਤੇ। ਹੁਣ ਗੱਲ ਇਹ ਹੈ ਕਿ ਮੈਂ ਭਾਂਤਾ ਸਾਡਾ ਜਿਹੜਾ ਭਾਈ ਆ ਸਾਡਾ ਭਾਂਤਾ ਪੰਜਾਬ ਦਾ ਮੁੱਖ ਮੰਤਰੀ ਸੀ, ਉਹਨੂੰ ਭਾਂਤਾ ਹੀ ਕਹਿੰਦੇ ਹੁੰਦੇ ਆ। ਭਾਂਤੇ ਤੱਕਰ ਭਾਂਤਾ ਹੀ ਮੇਰੇ ਆਰਾਮ ਨਾਲ ਗੱਲਾਂ ਸੁਣ ਲੈਂਦਾ, ਸਾਰੀਆਂ ਵੀਡੀਓ ਦੇਖਦਾ, ਜਿੰਨੇ ਵਾਰ ਵੀ ਮਿਲਿਆ ਸਾਰੀਆਂ ਗੱਲਾਂ ਪਹਿਲਾਂ ਵੀ ਕਹੀਆਂ, ਆਹ ਮੁੱਦਿਆਂ ਦੇ ਬੋਲ ਆਹ ਮੁੱਦਿਆਂ ਦੇ ਬੋਲ ਭਾਂਤਾ ਵੀ ਸਾਨੂੰ ਕਹਿੰਦਾ ਰਿਹਾ। ਹੁਣ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਜਿਹੜਾ ਸੰਕਟ ਹੁਣੀ ਚੱਲਣਾ ਜਿਹੜਾ ਸ਼ੁਰੂ ਹੋ ਗਿਆ ਤੁਹਾਨੂੰ ਸਭ ਨੂੰ ਪਤਾ ਹੈ, ਹਜੇ ਕਿ ਪੰਜਾਬ ਦੇ ਵਿੱਚ ਅਸੀਂ ਜਿਹੜੇ ਪੰਜਾਬ ਦੇ ਕਿਸਾਨਾਂ ਨੇ ਸਾਡਾ, ਜੇ ਮੈਂ ਮਾਨਸਾ ਬਠਿੰਡੇ ਦੀ ਗੱਲ ਕਰਾਂ ਜਾਂ ਬਰਨਾਲੇ ਦੀ ਗੱਲ ਕਰਾਂ, ਇਹਨਾਂ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਨਰਮਾ ਵੇਚਦਾ ਹੈ। ਪੰਜਾਬ ਦੇ ਵਿੱਚ ਪੰਜਾਬ ਗੌਰਮੈਂਟ ਨੇ ਇਹ ਗੱਲ ਕਹੀ ਗਈ ਹੈ ਵੀ ਮੱਕੀ ਬੀਜੋ, ਮੱਕੀ ਬੀਜ ਲੈਂਦੇ ਆ ਬਾਈ। ਮੱਕੀ ਬੀਜਣ ਲਈ ਬਿਜਲੀ ਤਾਂ ਪੂਰੀ ਆ ਨਹੀਂ ਰਹੀ, ਲਾਈਟ ਤਾਂ ਪੂਰੀ ਆ ਨਹੀਂ ਰਹੀ, ਨਾ ਨਹਿਰਾਂ ਦੇ ਵਿੱਚ ਪਾਣੀ ਆ ਰਿਹਾ, ਸੂਏ ਸਾਰੇ ਸੁੱਕੇ ਪਏ ਨੇਗੇ, ਮੱਕੀ ਕਾਹਦੇ ਨਾਲ ਬੀਜੀਏ, ਕਾਹਦੇ ਨਾਲ ਅਸੀਂ ਜਿਹੜਾ ਅਸੀਂ ਖੇਤੀਬਾੜੀ ਬਦਲਾ ਕਰੀਏ। ਹਜੇ ਜਿਹੜਾ ਅਪ੍ਰੈਲ ਦਾ ਮਹੀਨਾ ਚੱਲਦਾ ਹੈ, ਜੂਨ ਦਾ ਮਹੀਨਾ ਆਉਣਾ, ਜਦੋਂ ਜੂਨ ਦੇ ਵਿੱਚ ਕਿਸਾਨ ਨੇ ਝੋਨਾ ਲਾਉਣ ਲੱਗਣਾ, ਉਦੋਂ ਜਿਹੜੀ ਬਿਜਲੀ ਦੀ ਖਪਤ ਹੈ 10 ਗੁਣਾ ਵੱਧ ਜਾਣੀ ਹੈ, 10 ਗੁਣਾ ਵੱਧ ਜਾਣੀ ਹੈ। ਹੁਣ ਜਿਹੜੀ ਬਿਜਲੀ ਦੀ ਖਪਤ ਦਿਨੋ ਦਿਨ ਵਧੀ ਜਾਂਦੀ ਹੈ, ਪੰਜਾਬ ਦੇ ਵਿੱਚ ਜਿਹੜਾ ਪਾਣੀ ਖਤਮ ਹੋਈ ਜਾਂਦਾ ਹੈ ਪੰਜਾਬ ਦੇ ਵਿੱਚ, ਇਸ ਤੋਂ ਬਾਅਦ ਤੁਹਾਨੂੰ ਪਤਾ ਕਿ ਸਾਰੀ ਧਰਤੀ ਦੇ ਉੱਪਰ ਪੰਜਾਬ ਦੇ ਪਾਣੀ ਹੋਊਗਾ, ਮੋਟਰਾਂ ਚੱਲਣਗੀਆਂ, ਪੰਜਾਬ ਕੋਲ ਪਾਣੀ ਖਤਮ ਹੋਈ ਜਾਂਦਾ ਅਤੇ ਪੰਜਾਬ ਜਿਹੜਾ ਬਿਜਲੀ ਸੰਕਟ ਦੇ ਵਿੱਚ ਗੁਜ਼ਰ ਰਿਹਾ। ਹੁਣ ਇਹਦੇ ਵਿੱਚ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਸਰਕਾਰਾਂ ਨੂੰ ਜਿਵੇਂ ਕਿ ਅਸੀਂ ਪੰਜਾਬ ਦੇ ਲੋਕਾਂ ਨੇ ਰਾਜਨੀਤਿਕ ਦੇ ਵਿੱਚ ਬਦਲਾ ਕੇ ਰਹਿਣਾ, ਰਾਜਨੀਤੀ ਬਦਲੀ ਹੈ ਵੀ ਗਾਂਧਲੀ ਰਾਜਨੀਤੀ ਹੋ ਗਈ ਸੀ, ਇਸ ਕਰਕੇ ਹੁਣ ਜਿਹੜਾ ਮੌਕਾ ਪੰਜਾਬ ਦੀ ਜਿਹੜੀ ਸਰਕਾਰ ਨੂੰ ਉਹ ਪੰਜਾਬ ਦੀ ਖੇਤੀਬਾੜੀ ਬਦਲਣ ਦਾ ਮੌਕਾ ਹੈ, ਪੰਜਾਬ ਦੀ ਖੇਤੀਬਾੜੀ ਬਦਲਣੀ ਚਾਹੀਦੀ ਹੈ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ। ਜੇ ਤੁਸੀਂ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਦੀ ਖੇਤੀਬਾੜੀ ਬਦਲਣੀ ਪੈਣੀ ਹੈ। 4 ਜ਼ਿਲ੍ਹਿਆਂ ਦੇ ਵਿੱਚ, ਸੰਗਰੂਰ, ਬਰਨਾਲਾ, ਬਠਿੰਡਾ ਅਤੇ ਮਾਨਸਾ ਦੇ ਵਿੱਚ ਤੁਸੀਂ ਘੱਟੋ ਘੱਟ 4 ਜ਼ਿਲ੍ਹਿਆਂ ਦੇ ਵਿੱਚ ਨਰਮਾ ਬਜਾਵੇ, ਪੰਜਾਬ ਸਰਕਾਰ ਵੱਡੀ ਗਿਣਤੀ ਦੇ ਵਿੱਚ ਨਰਮਾ ਬਜਾਵੇ। ਜਿਹੜੇ ਕਿਸਾਨ ਕੋਲ 10 ਕਿੱਲੇ ਨੇਗੇ ਉਹਦੇ 3 ਕਿੱਲੇ ਜਾਂ 2 ਕਿੱਲੇ ਨਰਮੇ ਦੇ ਬੀਜੇ ਹੋਣੇ ਚਾਹੀਦੇ ਨੇ, ਕਿਉਂਕਿ ਇੰਟਰਨੈਸ਼ਨਲ ਪੱਧਰ 'ਤੇ ਪੂਰੀ ਦੁਨੀਆ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਕਾਟਨ ਦੀ ਰੂੰ ਦੀ ਇੰਨੀ ਕੁ ਜ਼ਿਆਦਾ ਮੰਗ ਹੈ ਕਿ ਜੇ ਸਰਕਾਰਾਂ, ਪੰਜਾਬ ਗਵਰਨਮੈਂਟ ਚਾਹੇ ਤਾਂ 10,000 ਰੁਪਇਆ ਪ੍ਰਤੀ ਕੁਇੰਟਲ ਨਰਮੇ ਦਾ ਰੇਟ ਕਿਸਾਨਾਂ ਨੂੰ ਮਿਲ ਸਕਦਾ, ਲੱਖ ਲੱਖ ਰੁਪਏ ਦਾ ਕਿਸਾਨ ਨਰਮਾ ਕਮਾ ਸਕਦੇ ਨੇਗੇ। ਜੇ ਸਰਕਾਰ ਚਾਹੇ ਹੁਣੀ ਬੀਜਾਂ ਵਾਲੇ ਡੰਡਾ ਕਸੇ, ਹੁਣੀ ਜਿਹੜੇ ਬੀਟੀਆਂ ਜਿਹੜੇ ਨਰਮੇ ਦੇ ਬੀਜ ਗਲਤ ਭੇਜ ਰਹੇ ਨੇ ਉਹਨਾਂ ਦੇ ਉੱਪਰ ਪਰਚੇ ਫੜ ਕੇ ਦਰਜ ਕੀਤੇ ਜਾਣ, ਅਤੇ ਜਿਹੜੇ ਸਪਰੇਹਾਂ ਗਲਤ ਦੇ ਰਹੇ ਨੇ ਉਹਨਾਂ ਦੇ ਉੱਪਰ ਪਰਚੇ ਫੜ ਕੇ ਦਰਜ ਕੀਤੇ ਜਾਣ, ਸਹੀ ਬੀਜ ਬਜਾਏ ਜਾਣ, ਅਤੇ ਸਹੀ ਜੇਕਰ ਕਿਸਾਨਾਂ ਦਾ ਨਰਮਾ ਖਰਾਬ ਹੁੰਦਾ ਉਹਨਾਂ ਨੂੰ ਮੁਆਵਜ਼ੇ ਦੀ, ਉਹਨਾਂ ਨੂੰ ਮੁਆਵਜ਼ੇ ਤੱਕਰ ਕਿਹਾ ਜਾਵੇ, ਅਸੀਂ ਉਹਨਾਂ ਨੂੰ ਇੰਨਾ ਮੁਆਵਜ਼ਾ ਦੇਵਾਂਗੇ ਵੀ ਤੁਸੀਂ ਪੰਜਾਬ ਦੇ ਵਿੱਚ ਭਾਈ ਨਰਮਾ ਬੀਜੋ, ਪੰਜਾਬ ਦਾ ਜਿਹੜਾ ਪਾਣੀ, ਪੰਜਾਬ ਹੈ ਜਿਹੜੀ ਪੰਜਾਬ ਹੈ ਇਸ ਟਾਈਮ ਜਿਹੜਾ ਪੰਜਾਬ ਪਾਣੀ ਸੰਕਟ ਅਤੇ ਬਿਜਲੀ ਸੰਕਟ ਦੇ ਵਿੱਚ ਗੁਜ਼ਰ ਰਿਹਾ ਹੈ। ਦੂਜੀ ਜਿਹੜੀ ਫਸਲ ਬਿਜਾਓ ਮੂੰਗੀ, ਮੂੰਗੀ ਬਿਜਾਓ, ਤੁਸੀਂ ਕਹੋ ਪੰਜਾਬ ਦੇ ਕਿਸਾਨਾਂ ਨੂੰ ਕਿ ਅਸੀਂ ਜਿਹੜੀ 150 ਰੁਪਏ ਕਿਲੋ ਮੂੰਗੀ ਮਾਰਕੀਟ ਦੇ ਵਿੱਚ ਵਿਕਦੀ ਹੈ, ਅਸੀਂ ਤੁਹਾਨੂੰ 100 ਰੁਪਇਆ ਜਿਹੜਾ ਰੇਟ MSP ਰੇਟ ਦੇਵਾਂਗੇ। ਇਹ ਜੇਕਰ 100 ਰੁਪਇਆ MSP ਰੇਟ ਮਿਲਦਾ ਮੂੰਗੀ ਦਾ, ਕਿੰਨੇ ਕੁਇੰਟਲ ਨਿਕਲਦੇ ਮੂੰਗੀ ਬਾਈ ਕਿੱਲੇ 'ਚੋਂ? ਜਿੰਨੀ ਮਰਜ਼ੀ ਕੱਢੋ ਜੀ, ਘੱਟੋ ਘੱਟ 10 ਕੁਇੰਟਲ ਨਿਕਲ ਸਕਦੀ ਹੈ, ਫਰਜ਼ ਕਰ 5 ਕੁਇੰਟਲ ਨਿਕਲਦੀ ਹੈ, 5 ਕੁਇੰਟਲ ਕਿੰਨੇ ਦੀ ਹੋ ਗਈ? ਆਪਣੇ 1 ਕੁਇੰਟਲ ਬਣਦੀ ਹੈ
ਘੱਟੋ ਘੱਟ ਮੂੰਗੀ ਬਣੂ 5 ਕਮਾਟਲ 50,000 ਤੋਂ 60,000 ਦੀ ਮੂੰਗੀ ਬਣਦੀ ਆ ਇੱਕ ਏਕੜ ਦੇ ਵਿੱਚੋਂ ਉਹਦੇ ਉੱਪਰ ਖਰਚ ਕੀ ਆ ਰਿਹਾ ਮੂੰਗੀ ਦੇ ਉੱਪਰ ਬਾਈ ਕੁਛ ਵੀ ਖਰਚ ਨਹੀਂ ਆਉਣਾ ਮੂੰਗੀ ਦੇ ਉੱਪਰ ਮੂੰਗੀ ਨੂੰ 3 ਪਾਣੀ ਲੱਗਦੇ ਨੇਗੇ ਜਿਹੜੀਆਂ ਵੱਖ ਵੱਖ ਫਸਲਾਂ ਤੁਸੀਂ ਪੰਜਾਬ ਦੇ ਵਿੱਚ ਬਚਾ ਸਕਦੇ ਹੋ ਬਚਾ ਸਕਦੇ ਹੋ ਮੈਂ ਪੰਜਾਬ ਗਵਰਨਮੈਂਟ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੈਨੂੰ ਖੇਤੀਬਾੜੀ ਮੰਤਰੀ 1 ਸਾਲ ਬਣਾ ਦਿਓ 1 ਸਾਲ ਮੈਨੂੰ ਖੇਤੀਬਾੜੀ ਮੰਤਰੀ ਜੇ ਕੋਈ ਬਣਾ ਦੇ ਨਾ ਪੰਜਾਬ ਦੇ ਵਿੱਚ ਮੈਂ ਪੰਜਾਬ ਦੇ ਸਾਰੇ ਕਿਸਾਨਾਂ ਦਾ ਕਰਜ਼ਾ ਲਾ ਕੇ ਦਿਖਾ ਦੂੰ 1 ਸਾਲ ਦੇ ਵਿੱਚ 1 ਸਾਲ ਦੇ ਵਿੱਚ ਮੈਨੂੰ ਪੂਰੀ ਅਥਾਰਟੀਆਂ ਪੂਰੀਆਂ ਪਾਵਰਾਂ ਦਿੱਤੀਆਂ ਜਾਣ ਨਾਲ ਤਾਂ ਪੰਜਾਬ ਦਾ ਪਾਣੀ ਬਚਾ ਦੂੰ ਨਾਲੇ ਪੰਜਾਬ ਦੀ ਮਿੱਟੀ ਬਚਾ ਦੂੰ ਨਾਲੇ ਪੰਜਾਬ ਦੀ ਹਵਾ ਬਚਾ ਦੂੰ ਨਾਲੇ ਪੰਜਾਬ ਦੀ ਧਰਤੀ ਬਚਾ ਦੂੰ 1 ਸਾਲ ਮੈਨੂੰ ਦੇ ਕੇ ਦੇਖ ਲਓ ਜਿਹੜੇ ਗੱਲਾਂ ਮਾਰਦੇ ਨੇ ਮੈਂ 8 ਸਾਲ ਦਾ ਸੀ ਚਲੋ ਖੇਤੀ ਕਰਨ ਲੱਗਾ ਸੀ 9 ਸਾਲ ਦਾ 8-9 ਸਾਲ ਦਾ ਮੈਂ ਮੈਸਾਂ ਚਾਰਨ ਲੱਗ ਗਿਆ ਫਿਰ ਮੇਰੇ ਡੈਡੀ ਦਾ ਹੱਥ ਕੱਟਿਆ ਗਿਆ ਹੱਥ ਕੱਟਣ ਤੋਂ ਬਾਅਦ ਮੈਂ ਟਿੱਬੇ ਕਰਾਏ ਫਿਰ ਮੈਂ ਖੇਤੀ ਦੇ ਵਿੱਚ ਆ ਗਿਆ ਮੇਰਾ ਡੈਡੀ ਹੈਂਡੀਕੈਪਟ ਹੋ ਗਿਆ 10-12 ਸਾਲ ਦਾ ਮੈਂ ਖੇਤੀ ਦੇ ਵਿੱਚ ਲੱਗ ਗਿਆ ਸੀਗਾ 2-3 ਸਾਲਾਂ ਦੀ ਮੈਂ ਖੇਤੀ ਕਢਾਈ ਆ ਮੈਨੂੰ ਕੁੱਲ ਮੁਸ਼ਕਲਾਂ ਖੇਤੀ ਦੀਆਂ ਪਤਾ ਨਹੀਂ ਆ ਲਿਆਓ ਕਿਹੜਾ ਪੰਜਾਬ ਦਾ ਖੇਤੀਬਾੜੀ ਮੰਤਰੀ ਜਿਹੜਾ ਮੇਰੇ ਬਰਾਬਰ ਢੱਕ ਦਿਖਾਓ ਕਿਸੇ ਨੂੰ ਡੱਕਾ ਨਹੀਂ ਪਤਾ ਖੇਤੀਬਾੜੀ ਮੰਤਰੀ ਨੂੰ ਕਿਸੇ ਨੂੰ ਡੱਕਾ ਨਹੀਂ ਪਤਾ ਕਿ ਪੰਜਾਬ ਦੇ ਕਿਸਾਨਾਂ ਦੇ ਮੁਸ਼ਕਲ ਕੀ ਆ ਮੁਸ਼ਕਲਾਂ ਕੀ ਨੇਗੀਆਂ ਪੰਜਾਬ ਦੇ ਮੁੱਦੇ ਕੀ ਨੇਗੇ ਪੰਜਾਬ ਦਾ ਮੁੱਦਾ ਬਾਈ ਇੱਥੇ ਰੁਜ਼ਗਾਰ ਕਿਵੇਂ ਪੈਦਾ ਹੋਊ ਤੇ ਕਿਵੇਂ ਜਿਹੜਾ ਪੰਜਾਬ ਦੇ ਲੋਕਾਂ ਨੂੰ ਬਚਾ ਸਕਦੇ ਆ ਪੰਜਾਬ ਦੇ ਵਿੱਚ ਫੈਕਟਰੀਆਂ ਦੀ ਲੋੜ ਨਹੀਂ ਹੈਗੀ ਪੰਜਾਬ ਦੇ ਵਿੱਚ ਹਸਪਤਾਲਾਂ ਦੀ ਲੋੜ ਨਹੀਂ ਹੈਗੀ ਲੋੜ ਆ ਪੰਜਾਬ ਦਾ ਜਿਹੜਾ ਪੰਜਾਬ ਦੀ ਮਿੱਟੀ ਪਾਣੀ ਹਵਾ ਬਚਾਉਣ ਦੀ 3 ਚੀਜ਼ਾਂ ਬਚਾਉਣ ਦੀ ਲੋੜ ਆ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹੱਤ 75% ਧਰਤੀ 'ਚ ਪਾਣੀ ਹੈ ਤੇ 75% ਹੀ ਬੰਦੇ ਦੇ ਸਰੀਰ 'ਚ ਪਾਣੀ ਹੈ ਇਹ ਚੀਜ਼ਾਂ ਬਚਾਉਣ ਦੀ ਲੋੜ ਹੈ ਅੱਜ ਜੇ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਨੂੰ ਬਚਾਉਣਾ ਤਾਂ ਹੁਣੇ ਜਿਹੜੀ ਖੇਤੀਬਾੜੀ ਵੱਲ ਧਿਆਨ ਦੇਣਾ ਪੈਣਾ ਨਹੀਂ ਤਾਂ ਤੁਹਾਨੂੰ ਪਤਾ ਕਿ ਜੂਨ ਦੇ ਚੜ੍ਹਦੇ ਜੂਨ ਕਿਸਾਨ ਝੋਨਾ ਲਾਉਣਗੇ ਕਿਸਾਨਾਂ ਨੂੰ ਬਾਈ ਅਸੀਂ ਮਜਬੂਰੀ ਕਹੀ ਨਾ ਇੱਥੇ ਵੱਡੇ ਵੱਡੇ ਵਿਦਵਾਨ ਮੈਂ 1-2 ਦੇਖਿਆ ਫੇਸਬੁੱਕ ਤੇ ਕਿਸਾਨਾਂ ਚੜ੍ਹ ਕੇ ਆ ਜਾਂਦੇ ਨੇ ਜਿਹੜੇ ਕਿਸਾਨਾਂ ਨੇ ਸਾਰੀ ਦੁਨੀਆ ਦਾ ਢਿੱਡ ਭਰਦੇ ਨੇ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਪੂਰੇ ਪੰਜਾਬ ਦਾ ਢਿੱਡ ਭਰਦੇ ਨੇ ਕਿਸਾਨਾਂ ਚੜ੍ਹ ਕੇ ਆ ਜਾਂਦੇ ਨੇ ਕਿਸਾਨਾਂ ਜੁੰਮਾਂ ਨੇ ਕਰਜ਼ਾ ਚੜ੍ਹ ਗਿਆ ਕਿਸਾਨ ਧਰਨਾ ਕਿਉਂ ਲਾਉਂਦੇ ਨੇ ਕਿਸਾਨ ਆਹ ਕਿਉਂ ਕਰਦੇ ਨੇ ਕਿਸਾਨ ਉਹ ਕਿਉਂ ਕਰਦੇ ਨੇ ਕਿਸਾਨਾਂ ਦਾ ਸਾਰਾ ਕੁਝ ਹੀ ਬਈ ਕਿਸਾਨਾਂ ਦੇ ਸਾਰੇ ਕੀ ਹੈ ਪਾਲਿਸੀਆਂ ਗਲਤ ਨੇਗੀਆਂ ਜਿਹੜੀਆਂ ਪਾਲਿਸੀਆਂ ਗਲਤ ਨੇ ਉਹਨਾਂ ਨੂੰ ਪਾਲਿਸੀਆਂ ਨੂੰ ਬਦਲੋ ਜਿਹੜੇ ਕਾਨੂੰਨ ਗਲਤ ਨੇ ਉਹਨਾਂ ਨੂੰ ਬਦਲੋ ਜਿਹੜਾ ਕੰਮ ਹੋਣਾ ਉਹਨੂੰ ਬਦਲੋ ਕਿਸਾਨ ਕੀ ਕਰੇ ਕਿਸਾਨ ਮਜਬੂਰੀ ਤੌਰ ਤੇ ਜਿਹੜਾ ਸਾਰੇ ਕੰਮ ਕਰਦਾ ਪਤਾ ਕਿ ਕਿਸਾਨ ਨੂੰ ਕਣਕ ਦੇ ਝੋਨਾ ਵਿਕਣਾ ਤਾਂ ਜਿਹੜਾ ਉਹ ਮੰਡੀਆਂ ਦੇ ਵਿੱਚ ਆਉਂਦਾ ਆਹ ਤਾਂ ਜਿਹੜਾ ਉਹ ਕਣਕ ਦੇ ਝੋਨਾ ਇਹ ਵਾਰੀ ਬੀਜਦਾ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰੋ ਇਸ ਕਰਕੇ ਜਿੰਨਾਂ ਨੂੰ ਆ ਪਿਛਲੇ ਦਿਨੀ ਕੀ ਹੋਇਆ ਪਿਛਲੇ ਦਿਨੀ ਜਿਹੜੇ ਕਿਸਾਨਾਂ ਚੋਂ ਮੇਰੇ ਕਰਜ਼ਾ ਜਿਹੜਾ ਉਹ ਗ੍ਰਿਫਤਾਰੀ ਪ੍ਰਿੰਟ ਜਾਰੀ ਕਰਤੇ ਹੁਣ ਜਿੰਨਾਂ ਨੂੰ ਚਲੋ ਭੰਤੇ ਦੀ ਸਰਕਾਰ ਨੇ ਗੱਲ ਕਹੀ ਵੀ ਜਿਹੜੇ ਮੰਨ ਕੇ ਚੱਲ ਪੰਜਾਬ ਪੁਲਿਸ ਦੇ ਵਿੱਚ ਕੋਈ ਕਿਸੇ ਦੀ ਮਰ ਕੋਈ ਮੰਨ ਕੇ ਚੱਲ ਸ਼ਹੀਦ ਹੁੰਦਾ ਜਾਂ ਕੋਈ ਮਰਦਾ ਉਹਨੂੰ 1 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਊ ਕਿਸਾਨ ਕਿੰਨੇ ਰੋਜ਼ ਖੁਦਕੁਸ਼ੀ ਕਰਦੇ ਨੇ ਕਿੰਨੇ ਕਿਸਾਨ ਮਰਦੇ ਨੇ ਕਿਸਾਨਾਂ ਨੂੰ ਕੋਈ ਕਰੋੜ ਰੁਪਇਆ ਦਿੰਦਾ ਕਿਸਾਨਾਂ ਨੂੰ 50 ਲੱਖ ਰੁਪਏ ਦੇ ਦਿਓ ਕਿਸਾਨ ਪੂਰੀ ਦੁਨੀਆ ਦਾ ਢਿੱਡ ਭਰਦੇ ਨੇ ਕਿਸਾਨ ਕਿਹੜਾ ਟੈਕਸ ਦੇ ਵਿੱਚ ਇਨਕਮ ਟੈਕਸ ਭਰਨ ਦੇ ਵਿੱਚ ਕਿਸਾਨ ਕਿਹੜਾ ਇਸ ਦੇਸ਼ ਨੂੰ ਉੱਪਰ ਲਿਜਾਣ ਦੇ ਲਈ ਕਿਸਾਨ ਦਾ ਕਿੱਡਾ ਵੱਡਾ ਯੋਗਦਾਨ ਹੈ ਜਦੋਂ ਇਸ ਦੇਸ਼ ਦੀ ਜਮਾ ਇਕਨੋਮੀ ਡਿੱਗ ਚੁੱਕੀ ਸੀਗੀ ਜਦੋਂ ਇਹ ਪੂਰਾ ਭਾਰਤ ਗਰੀਬੀ ਦੇ ਵਿੱਚ ਜੂਝ ਰਿਹਾ ਸੀਗਾ ਉਦੋਂ ਇਹ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆ ਕੇ ਪੂਰੇ ਭਾਰਤ ਦਾ ਢਿੱਡ ਭਰਿਆ ਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਹਰੀ ਕ੍ਰਾਂਤੀ ਲੈ ਕੇ ਆਰਥਿਕ ਹਾਲਤ ਜਿਹੜੇ ਸੁਧਾਰ ਪੰਜਾਬ ਦੇ ਕਿਸਾਨਾਂ ਨੇ ਕੀਤੇ ਨੇਗੇ ਪੂਰੀ ਦੁਨੀਆ ਦੇ ਅਨਾਜ ਦੇ ਭੰਡਾਰ ਭਰੇ ਨੇ ਕਿਸਾਨਾਂ ਨੇ ਸਾਡੇ ਬਾਪੂਆਂ ਨੇ ਟਿੱਬੇ ਕਰਾਏ ਨੇਗੇ 20-20 ਫੁੱਟ ਉੱਚੇ ਟਿੱਬੇ ਚੱਕ ਕੇ ਜਿਹੜਾ ਝੋਨਾ ਕਣਕ ਹੋਣ ਲੱਗਿਆ ਊਂ ਨਹੀਂ ਹੋਣ ਲੱਗੀ ਗੱਲਾਂ ਮਾਰਨ ਲੱਗੇ ਉਹਨੇ ਬੈਠੇ ਫੇਸਬੁੱਕ ਤੇ ਆਹ ਦੇਖ ਲਓ ਢੂਕਣੇ ਕਾਲੇ ਹੋਏ ਪਏ ਨੇ ਢੂਹੇ ਕਾਲੇ ਹੋਏ ਪਏ ਨੇ ਕਿ ਟਿੱਬੇ ਕਰਾਉਂਦੇ ਨੇ ਜਾ ਕੇ ਦੇਖੋ ਵੀ ਟਿੱਬਿਆਂ ਦੇ ਨਾਲ ਕਿੰਨੇ ਮੱਥੇ ਲਾਏ ਨੇਗੇ ਬੈਠੇ ਫੇਸਬੁੱਕ ਤੇ ਗੱਲਾਂ ਕਰਨ ਲੱਗੇ ਨੇ ਅਸੀਂ ਕਿਸਾਨਾਂ ਦੇ ਪੁੱਤ ਅਸੀਂ ਕਿਸਾਨਾਂ ਦੀ ਗੱਲ ਕਰਾਂਗੇ ਜਿਹੜਾ ਕੋਈ ਹੋਰ ਕਿਸੇ ਦਾ ਪੁੱਤ ਆ ਉਹ ਆਪਦੀ ਗੱਲ ਕਰ ਲੈ ਬਈ ਅਸੀਂ ਤਾਂ ਆਪਦੀ ਕਿਸਾਨਾਂ ਦੀ ਗੱਲ ਕਰਾਂਗੇ ਸਾਡੇ 'ਚ ਹਿੰਮਤ ਆ ਸਾਡੇ 'ਚ ਜੁਰਤ ਆ ਅਸੀਂ ਧਰਨੇ ਲਾਉਣ ਜਾਣ ਦਾ ਤੁਸੀਂ ਧਰਨੇ ਲਾ ਲਓ ਜਿਹੜੇ ਤੋਂ ਧਰਨੇ ਲਾਉਂਦਾ ਤੁਸੀਂ ਧਰਨੇ ਲਾ ਕੇ ਦਿਖਾਓ ਅਸੀਂ ਧਰਨੇ ਲਾਵਾਂਗੇ ਜੋ ਸਾਡੀਆਂ ਮੰਗਾਂ ਨਹੀਂ ਮੰਨੀਆਂ ਇਹ ਧਰਨੇ ਲਾਵਾਂਗੇ ਅਸੀਂ ਮੋਦੀ ਦੇ ਧੌਣ 'ਚੋਂ ਕਿੱਲਾ ਕੱਢ ਸਕਦੇ ਹਾਂ ਇੱਥੇ 1-2 ਬੈਠੇ ਫੇਸਬੁੱਕ ਤੇ ਬੋਲੀ ਜਾਂਦੇ ਮੈਨੂੰ ਗੁੱਸਾ ਬਹੁਤ ਚੜਿਆ ਸੀ ਧਰਨੇ ਲਾਉਣੇ ਕੋਈ ਸੌਖੇ ਨਹੀਂ ਪਏ ਜਾ ਕੇ ਦਿਖਾਓ ਦਿੱਲੀ ਦੇ ਵਿੱਚ ਨਰੇ ਕੁੱਟ ਦਿੰਦੇ ਨੇ ਅਗਲੇ ਮੂਹਰੋਂ ਡਾਂਗਾ ਪੈਂਦੀਆਂ ਨੇ ਢੂਕਣਿਆਂ ਤੇ ਡਾਂਗਾ ਪੈਂਦੇ ਨੇ ਪਰਚੇ ਪੈਂਦੇ ਨੇਗੇ ਫਿਰ ਧਰਨੇ ਲੱਗਦੇ ਨੇਗੇ ਗੱਲਾਂ ਮਾਰਦੇ ਬੈਠੀਆਂ ਵੱਡੇ ਵੱਡੀਆਂ ਧਰਨੇ ਤੁਹਾਨੂੰ ਪਤਾ ਵੀ ਦਿੱਲੀ ਤੋਂ ਜਦੋਂ ਜਾਂਦੇ ਸੀ ਨਾ ਬੈਰੀਗੇਡ ਤੋੜਦੇ ਉਹ ਦੇਖਿਓ ਜਾ ਕੇ ਕਿਵੇਂ ਬਾਰਡਰ ਤੋੜ ਕੇ ਦਿੱਲੀ ਲੈ ਕੇ ਗਏ ਉਵੇਂ ਨਹੀਂ ਧਰਨੇ ਲੱਗ ਜਾਂਦੇ ਕਈ ਗੱਲਾਂ ਕਰਦੇ ਨੇ ਵੀ ਧਰਨੇ ਲਾ ਲੈ ਇਹਨਾਂ ਨੇ ਕਿਸਾਨਾਂ ਨੇ ਇਸ ਕਰਕੇ ਮੁੱਦੇ ਤੇ ਆਈਏ ਉਹ ਆਪਾਂ ਉਸੇ ਤੇ ਅਸੀਂ ਚਾਹੁੰਦੇ ਆ ਕਿ ਪੰਜਾਬ ਦਾ ਜਿਹੜਾ ਇਸ ਟਾਈਮ ਪੰਜਾਬ ਹੈ ਜਿਹੜਾ ਮਾੜੇ ਹਾਲਾਤਾਂ ਦੇ ਵਿੱਚ ਸਿਸਟਮ ਦੇ ਵਿੱਚ ਗੁਜ਼ਰ ਰਿਹਾ ਪੰਜਾਬ ਦੇ ਵਿੱਚ ਹੁਣੀ ਜਿਹੜਾ ਬਿਜਲੀ ਸੰਕਟ ਜਿਹੜਾ ਚੱਲ ਰਿਹਾ ਉਸ ਬਿਜਲੀ ਸੰਕਟ ਦੇ ਵਿੱਚੋਂ ਨਿਕਲਣ ਲਈ ਤੇ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਹੈ ਪੰਜਾਬ ਦੇ ਵਿੱਚ ਪਾਣੀ ਦੀ ਸਮੱਸਿਆ ਪੰਜਾਬ ਦੇ ਵਿੱਚ ਪੰਜਾਬ ਕੋਲੇ ਬਹੁਤ ਥੋੜੇ ਸਾਲਾਂ ਦਾ ਪਾਣੀ ਬਚਿਆ ਕੁਛ ਪੰਜਾਬ ਦਾ ਪਾਣੀ ਦੂਸ਼ਿਤ ਹੋ ਜਾਂਦਾ ਹੈ ਤੇ ਕੁਛ ਜਿਹੜਾ ਪੰਜਾਬ ਦਾ ਪਾਣੀ ਖਤਮ ਹੋਈ ਜਾਂਦਾ ਹੈ ਇਸ ਕਰਕੇ ਜੇ ਪੰਜਾਬ ਦਾ ਪਾਣੀ ਬਚਾਉਣਾ ਹੈ ਜੇ ਪੰਜਾਬ ਇਸ ਟਾਈਮ ਬਿਜਲੀ ਸੰਕਟ ਦੇ ਵਿੱਚੋਂ ਕੱਢਣਾ ਤਾਂ ਪੰਜਾਬ ਦੇ ਵਿੱਚ ਖੇਤੀਬਾੜੀ
करो भुक्की फीम की खेती इलीगल, जिहड़ी खेती की मैं गल करदा उह खेती दा पंजाब दे विच यार उह खेती नहीं कीतियां जा रही। कल्ली मैं खसखस की खेती की गल नहीं करता, मैं अज तो किन्ने साल हो गए मैं खेतीबाड़ी की गल करते नूं। आ नवजोत सिंह सिद्धू मैनू देख देख के सारी गल्लां बोलदा हुंदा, जिहड़े स्टोरां की मैं गल करदा कि पंजाब दे 3 तों 5 पिंडां कोल्ड स्टोर होने चाहीदे ने, सिद्धू मैनू देख के सारी गल्लां बोलदा। हुण जिहड़े स्टोरां की मैं गल करदा, जे 3 पिंडां दा स्टोर होऊगा बई, 4 पिंडां दा स्टोर होऊगा, तां किसान फलां की खेती भी करूँ, सब्जियां की खेती भी करूगा। जे किसान की आमदन 4-5 लाख रुपया प्रति एकड़ हुंदी है, कोई जट का पुत बाहर नहीं जाता, कोई की करन जावांगे बाहरले देशों के विच, जे सानू इत्थे पैसे साडा इत्थे रुजगार मिलू, इत्थे असीं पैसे कमा सकदे, असीं बाहरले देशों च की करांगे? बाहरले देशों के विच जाके भी तां साडे किसानां दे धी पुत खेती कर रहे ने, उत्थे बहुत सारे काम ट्रांसपोर्ट के काम करने से इत्थी कर लांगे। हुण जे पंजाब दे विच खेतीबाड़ी बदलदी है, जिहड़ा साडा ट्रांसपोर्ट का काम उत्थे असीं बाहरले देशों के विच जाके करदे आ, उह ट्रांसपोर्ट का काम असीं इत्थे भी कर सकदे आ। जे स्टोरां दे विच हुण स्टोरां दी मंग क्यों आ, स्टोर क्यों कह रहे आ भी पंजाब दे विच 3 पिंडां दा 5 पिंडां दा स्टोर होना चाहिए। मैं इहदी चीज़ की एक ही उदाहरण दे के दस दिना कि जदों असीं आपां आलू बीजदे हाँ, आलू साडा बीजा होया जदों असीं पड़दे हाँ 3-5 रुपये आलू विकदा, असीं 3-5 रुपये आलू कई बार असीं स्टोर दे विच धर दिंदे हाँ, उही आलू बाद च 50-50 रुपये विकदा। जदों जिमीदार स्टोर दे विच कोल्ड स्टोर दे विच जाके आलू धर दिंदा, आलू दा भाई किराया कोल्ड स्टोर दा इन्ना ज़्यादा हो जाता कि जिमीदार अपना आलू उत्थे छड्ड के आने मजबूर हो जाए। प्राइवेट कोल्ड स्टोर दे विच मैं उही तां गल करदा, कई थावां ते सरकारी कोल्ड स्टोर भी हैगे ने, खड़े नेगे। हुण मन के चलो प्याज आ, गंडा जदों गंडा किसान पटदा तां 5-10 रुपये विकदा, उही गंडा 100-100 रुपये किलो हो जांदा। हुण उही जिहड़ियां चीज़ां ने सारियां लोड़ आ किसान नूं स्टोरेज दी, सब तों वड्डी लोड़ आ स्टोरेज दी। जिहड़ा स्टोर अडानियां अडवानियां कोले आ, ਜਿਹੜੇ ਸਟੋਰ ਅਡਾਨੀ ਅਡਵਾਨੀ ਬਣਾਈ ਬੈਠੇ ਨੇ, ਜਿਹੜੇ ਸੈਲੋ ਅਡਾਨੀ ਅਡਵਾਨੀ ਬਣਾਈ ਬੈਠੇ ਨੇ, ਇਹ ਪੰਜਾਬ ਗੌਰਮੈਂਟ ਇਹ ਸਟੋਰ ਕਿਉਂ ਨਹੀਂ ਬਣਾ ਸਕਦੀ ਜੀ? ਸਭ ਤੋਂ ਵੱਡੀ ਜਿਹੜੀ ਕਿਸਾਨ ਨੂੰ ਪ੍ਰੋਬਲਮ ਆ ਉਹ ਸਟੋਰੇਜ ਦੀ ਹੈ। ਪੰਜਾਬ ਦਾ ਕਿਸਾਨ ਜੇ 20-20 ਫੁੱਟ ਉੱਚਾ ਦੇ ਟਿੱਬਿਆਂ ਦੇ ਝੋਨਾ ਹੋਣ ਲੱਗ ਸਕਦਾ, ਜਿੱਥੇ ਚਿਪੜਾਂ ਦੀਆਂ ਬੱਲਾਂ ਹੁੰਦੀਆਂ ਸੀਗੀਆਂ, ਜਿੱਥੇ ਬੀਜ ਪਾਇਆ ਹਰਾ ਨਹੀਂ ਸੀ ਹੁੰਦਾ, ਜੇ ਉੱਥੇ ਅਜੇ ਅੰਗੂਰਾਂ ਦੀਆਂ ਬੱਲਾਂ ਹੋਣ ਲੱਗ ਸਕਦਾ ਪੰਜਾਬ ਦਾ ਕਿਸਾਨ, ਜਾ ਕੇ ਚੈੱਕ ਕਰ ਲਿਓ ਇਸ ਸਾਡੇ ਪਿੰਡਾਂ ਦੇ ਵਿੱਚ ਆ ਜਾਓ। ਆਹ ਸਾਡਾ ਮਾਨਸਾ ਏਰੀਆ ਤੋਂ ਸ਼ੁਰੂ ਹੋ ਗਿਆ ਸਾਰਾ, ਸਾਡੇ ਪਿੰਡ ਤੋਂ ਬਾਅਦ ਮਾਨਸਾ ਏਰੀਆ ਸ਼ੁਰੂ ਹੁੰਦਾ ਸਾਰਾ। ਇੱਥੇ ਸਾਡੇ ਟਿੱਬਿਆਂ 'ਤੇ ਆ ਕੇ ਦੇਖ ਲਿਓ, ਚਿੱਬੜਾਂ ਦੀਆਂ ਬੱਲਾਂ ਹੁੰਦੀਆਂ ਸੀ, ਕੌੜ ਤੁੰਬੇ ਦੀਆਂ ਬੱਲਾਂ ਹੁੰਦੀਆਂ ਸੀਗੀਆਂ, ਅੱਜ ਉੱਥੇ ਅੰਗੂਰਾਂ ਦੀਆਂ ਬੱਲਾਂ ਖੜੀਆਂ ਨੇਗੀਆਂ। ਮਿਹਨਤ ਕਰਕੇ ਟਿੱਬੇ ਕਰਾ ਕੇ ਢੂਕਣੇ ਕਾਲੇ ਕਰਾ ਕੇ ਫਿਰ ਜਿਹੜੀਆਂ ਫਸਲਾਂ ਹੋਣ ਲੱਗੀਆਂ ਨੇਗੀਆਂ। ਹੁਣ ਜਿਹੜੀਆਂ ਫਸਲਾਂ ਹੋਣ ਲੱਗੀਆਂ ਨੇਗੀਆਂ, ਅਸੀਂ ਇਹ ਫਸਲਾਂ ਤੋਂ ਬਾਹਰ ਨਿਕਲ ਕੇ ਅਸੀਂ ਹੋਰ ਜਿਹੜਾ ਖੇਤੀਬਾੜੀ ਚੱਕਰ ਖੇਤੀਬਾੜੀ ਬਦਲਾ ਕਰ ਸਕਦੇ ਹਾਂ। ਪਰ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਟੋਰੇਜ ਬਣਾਓ, ਸਟੋਰੇਜ ਦੀ ਸਭ ਤੋਂ ਵੱਡੀ ਲੋੜ ਆ। ਜਿਹੜੇ ਅਡਾਨੀ ਅਡਵਾਨੀ ਅੱਜ 2015 ਰੁਪਈਏ ਜਿਹੜੀ ਕਣਕ ਖਰੀਦ ਕੇ ਤੁਹਾਡੀ ਕਣਕ 4-4-5-5 ਹਜ਼ਾਰ ਰੁਪਇਆ ਪ੍ਰਤੀ ਕੁਇੰਟਲ ਬੀਜ ਵੇਚ ਰਹੇ ਨੇ, ਬਾਹਰ ਵਪਾਰ ਕਰ ਰਹੇ ਨੇ। 5-5 ਹਜ਼ਾਰ ਰੁਪਇਆ ਤੁਹਾਡੀ ਕਣਕ 2015 ਨੂੰ ਖਰੀਦ ਕੇ 5 ਹਜ਼ਾਰ ਰੁਪਇਆ ਪ੍ਰਤੀ ਕੁਇੰਟਲ ਵੇਚ ਰਹੇ ਨੇ ਅੱਗੇ, ਉਹ ਕਿੰਨਾ ਮੁਨਾਫਾ ਕਮਾ ਰਹੇ ਨੇ? ਉਹ ਪੰਜਾਬ ਗੌਰਮੈਂਟ ਅਤੇ ਪੰਜਾਬ ਦਾ ਕਿਸਾਨ ਕਿਉਂ ਨਹੀਂ ਕਮਾ ਸਕਦਾ? ਮੈਨੂੰ ਇਸ ਗੱਲ ਦਾ ਜਵਾਬ ਦਿਓ। ਗੌਰਮੈਂਟ ਇਹ ਕੰਮ ਸਾਰੇ ਕਰ ਸਕਦੀ ਹੈ, ਲਿਆ ਕੇ ਅਡਾਨੀਆਂ ਅਡਵਾਨੀਆਂ ਦੇ ਤਾਂ ਬਾਦਲਾਂ ਨੇ ਇੱਥੇ ਸੈਲੋ ਬਣਾਤੇ, ਪਰ ਬਾਦਲਾਂ ਨੇ ਇਹ ਗੱਲ ਕਿਉਂ ਨਹੀਂ ਸੋਚੀ ਵੀ ਯਾਰ ਇਹ ਪੰਜਾਬ ਸਰਕਾਰ ਨਹੀਂ ਇਹ ਕੰਮ ਕਰ ਸਕਦੀ? ਪੰਜਾਬ ਸਰਕਾਰ ਕੋਲ 3.5 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ, ਅੱਜ ਅਡਾਨੀ ਅਡਵਾਨੀ ਤਾਂ ਇੰਨਾ ਪੈਸਾ ਕਮਾ ਰਹੇ ਨੇਗੇ, ਜੇ ਪੰਜਾਬ ਸਰਕਾਰ ਨੂੰ ਆਮਦਨ ਹੋਊ ਪੰਜਾਬ ਦਾ ਕਰਜ਼ਾ ਉਤਰ ਜੂਗਾ। ਸਾਰਾ ਕੁਛ ਪੰਜਾਬ ਦੀ ਖੇਤੀਬਾੜੀ ਤੋਂ ਹੱਲ ਹੋ ਸਕਦੇ ਨੇ ਸਾਰੇ ਮਸਲੇ। ਖੇਤੀਬਾੜੀ ਜਿਹੜਾ ਪੰਜਾਬ ਹੈ, ਇੱਧਰ ਵਾਲਾ ਸਿੱਧਾ ਰੱਖ ਯਾਰ ਫੋਨ, ਜਿਹੜੀ ਖੇਤੀਬਾੜੀ ਹੈ, ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ, ਤੁਹਾਡੇ ਨਾਲ ਹਿਮਾਚਲ ਰਾਜਸਥਾਨ ਲੱਗਦਾ, ਇਹਨਾਂ ਸਟੇਟਾਂ ਦੇ ਵਿੱਚ ਕਿੰਨੇ ਕੁ ਜ਼ਮੀਨਾਂ ਉਪਜਾਊ ਨੇਗੀਆਂ, ਕਿੰਨਾ ਕੁਛ ਹੁੰਦਾ, ਰੇਤਾ ਪਿਆ, ਟਿੱਬੇ ਪਏ ਨੇਗੇ। ਪੰਜਾਬ ਇਹ ਖੇਤੀਬਾੜੀ ਪ੍ਰਧਾਨ ਸੂਬਾ, ਇੱਥੇ ਖੇਤੀਬਾੜੀ ਨਾਲ ਪੂਰੀ ਦੁਨੀਆ ਦੇ ਉੱਪਰ ਪੰਜਾਬ ਦਾ ਨਕਸ਼ੇ ਦੇ ਉੱਪਰ ਨਾਂ ਆ ਸਕਦਾ ਜੇ ਪੰਜਾਬ ਦੀ ਖੇਤੀਬਾੜੀ ਬਦਲੀ ਜਾਵੇ। ਇਕੱਲੀ ਪੰਜਾਬ ਦੇ ਹੁਣ ਅਡਾਨੀਆਂ ਅਡਵਾਨੀਆਂ ਨੇ ਬਾਦਲਾਂ ਨੇ ਲਿਆ ਕੇ ਸੈਲੋ ਬਣਾਤੇ, ਜੇ ਇਹੀ ਸੈਲੋ ਪੰਜਾਬ ਗੌਰਮੈਂਟ ਨੇ ਆਪ ਬਣਾਏ ਹੁੰਦੇ, ਆਪ ਉਹਨਾਂ ਸੈਲੋਆਂ ਦੇ ਵਿੱਚ ਅਨਾਜ ਭੰਡਾਰਿੰਗ ਕੀਤੀ ਹੁੰਦੀ, ਆਪ ਕਣਕ ਸਟੋਰੇਜ ਕੀਤੀ ਹੁੰਦੀ, ਆਪ ਬੰਦਰਗਾਹ 'ਤੇ ਜਾ ਕੇ ਜਿਹੜੀ ਆਪ ਕਣਕ ਇੰਡੀਆ ਗੌਰਮੈਂਟ ਨਾਲ ਮਿਲ ਕੇ ਆਪ ਅੱਗੇ ਸੇਲ ਕਰਦੀ, ਕਿੰਨਾ ਮੁਨਾਫਾ ਹੁੰਦਾ ਕਿਸਾਨ ਨੂੰ? ਹੁਣ ਨਵਜੋਤ ਸਿੰਘ ਸਿੱਧੂ ਗੱਲ ਕਰਦਾ ਕਿ ਪੰਜਾਬ ਦਾ ਦਿੱਲੀ ਵਾਲਾ ਵਾਹਗਾ ਬਾਰਡਰ ਖੋਲ੍ਹਣਾ ਚਾਹੀਦਾ। ਵਾਹਗਾ ਬਾਰਡਰ ਇਹ ਕੌਣ ਇਸ ਮੁੱਦੇ 'ਤੇ ਗੱਲ ਕਰੂਗਾ, ਕੌਣ ਖਿਲਾਉਣ ਨੂੰ ਗੱਲ ਕਰੂਗਾ? ਹੁਣ ਪਿੱਛੇ ਸਾਡੇ ਕਣਕ ਦੇ ਟਰੱਕ ਗਏ ਨੇ, ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿੰਨੇ ਜਿਹੜੇ ਟਰੱਕ ਨੇ ਸਾਡੇ ਪੰਜਾਬ ਦੀ ਕਣਕ ਜਿਹੜੀ ਅਫਗਾਨਿਸਤਾਨ ਤੱਕ ਅੱਗੇ ਕੰਟਰੀਆਂ ਤੱਕ ਗਈ ਆ, ਸਾਡੇ ਪੰਜਾਬ ਦੀ ਕਣਕ ਗਈ ਹੈ, ਪਾਕਿਸਤਾਨ ਦੇ ਵਿੱਚ ਦੀ ਗਈ ਆ ਉਹ। ਹੁਣ ਜਿਹੜੀ ਉਹ ਕਣਕ ਗਈ ਹੈ, ਹੁਣ ਉਹ ਕਿੰਨੇ ਮੁਸ਼ਕਲਾਂ ਨਾਲ ਗਈ ਆ, ਜੇ ਪੰਜਾਬ ਦੇ ਹੁਣ ਜਿਹੜੇ ਤੁਸੀਂ ਫਰਜ਼ ਕਰੋ, ਅੱਜ ਮੈਂ ਰਾਜ ਸਭਾ ਦੀ ਖਬਰ ਦੇਖ ਰਿਹਾ ਸੀਗਾ ਵੀ ਰਾਜ ਸਭਾ ਦੇ ਵਿੱਚ
की कुछ हो रहा। अज मैं डैमों बारे पढ़ रहा, अजीत अखबार से डैमों की खबर लगी हुई है, जेडे कि उन्होंने डैम जिन्हें भी डैम ने 5000 तो उपर डैम ने गे भारत के जोड़े 5000 तो उपर डैम ने गे वह डैम भाई राज्यसभा मैंबर ने राज्यसभा के मता पा के वह जी केंद्र सरकार है केंद्र सरकार राज्यसभा के मता पा के वह सारे डैम अपने केंद्र सरकार ने अपने हवाले कर ले। हुण जिहड़े 5 राज्यसभा मैंबर बनाए ने गे कि ये 5 जिहड़े हुण मैं दसना चाहुंदा आ, इह भी गल तुहानूं पंजाब दे लोकां नूं जाण लैणी चाहीदी है। MLA अपने स्टेट की अपने पंजाब की गलबात नहीं कर सकते, MP कर सकते हैं ज राज्यसभा मैंबर कर सकते हैं। राज्यसभा मैंबर कौन ने? राज्यसभा मैंबर भाजपा के बंदे ने गे, वह कितों अपने स्टेट की या वाघा बार्डर खिलाने की गल कर लेंगे, खिलाने की वाघा बार्डर खिलाने की गल कर सकते हैं भी साडा जिहड़ा व्यापार है पंजाब का जिहड़ी व्यापार है वह पाकिस्तान बेचदी अगे जिहड़ा साडा व्यापार होना चाहिए। हुण नवजोत सिंह सिद्धू ये गल्लां करदा नाल तां लई फिरदा जमा लंडू बंदे आ, हुण जिहड़ा नवजोत सिंह सिद्धू नाल तुरे फिरदा इक साडा धौले वाला परमल धौला एक कमालू है एक जमा कतीड़ बंदे एक कमालू है एक मानसा की नाजर मानसा ही जमा साडे हलके दे नवजोत सिंह सिद्धू जमा कतीड़ बंदे ने जमा पिटे हुए बंदे ने इन्हां नूं कोई मैंबर नहीं जिताउंदा जिन्हां नूं धूं नाल लई फिरदा नवजोत सिंह सिद्धू जिन्हां नूं जिन्हां बंदे नूं नाल लई फिरदा कमालू परमल धौला ते नाजर मानसा ही इन्हां मैं तिन्नां नूं गल दसदा इन्हां नूं कोई मैंबर नहीं जिताउंदा तिन्नां बंदे नूं इन्हां बंदे नूं सारे नूं नाल लई फिरदा ਇਹਨਾਂ ਬੰਦਿਆਂ ਨੂੰ ਨਾਲ ਲੈ ਕੇ ਤੂੰ ਕਿੱਥੇ ਪੰਜਾਬ ਦੇ ਮਸਲੇ ਹੱਲ ਕਰ ਲੇਗਾ ਯਾਰ? ਪਹਿਲਾਂ ਤਾਂ ਨਵਜੋਤ ਸਿੰਘ ਆਪ ਹਾਰ ਗਿਆ। ਮੈਂ ਹੁਣ ਇਹੀ ਗੱਲ ਕਹਿਣਾ ਚਾਹੁੰਦਾ ਇਹਨਾਂ ਬੰਦਿਆਂ ਨੂੰ ਲੈ ਕੇ ਕਿੱਥੋਂ ਤੂੰ ਪੰਜਾਬ ਦੇ ਮਸਲੇ ਹੱਲ ਕਰ ਲੇਗਾ? ਇਹਨਾਂ ਬੰਦਿਆਂ ਦੇ ਨਾਲ 10 ਬੰਦੇ ਨਹੀਂ ਤੁਰਦੇ, 20 ਬੰਦੇ ਇਹਨਾਂ ਨਾਲ ਤੁਰਦੇ ਨਹੀਂ ਹੈਗੇ। ਲੈ ਆ ਤੂੰ ਸਾਡੇ ਨਾਲ ਆ ਨਵਜੋਤ ਸਿੰਘ ਸਿੱਧੂ ਨੂੰ ਸਾਡੇ ਨਾਲ ਆ ਇੱਥੇ ਲੈ ਤੇਰੇ ਆਉਂਦੇ ਹੀ ਅਸੀਂ 50,000 ਬੰਦੇ ਦਾ ਇਕੱਠ ਕਰ ਸਕਦੇ ਹਾਂ। ਖੜ ਪੰਜਾਬ ਦੇ ਨਾਲ, ਗੱਲ ਤਾਂ ਪੰਜਾਬ ਨਾਲ ਖੜਨ ਦੀ ਆ। ਬੰਦਿਆਂ ਨਾਲ ਤੁਰ ਤੂੰ ਉਹਨਾਂ ਨਾਲ ਤੁਰਿਆ ਫਿਰਦਾ ਜਿਹਨਾਂ ਨੂੰ ਕੋਈ ਕੁੱਤਾ ਨਹੀਂ ਪੁੱਛਦਾ। ਅੱਜ ਕੱਲ੍ਹ ਉਹ ਜਵਾਨਾਂ ਗਿਆ ਕਿ ਜਿਹੜਾ ਪਾਰਟੀਬਾਜ਼ੀ ਦਾ ਬਰਕਬਾਜ਼ੀ ਦਾ ਜਵਾਨਾ ਗਿਆ। ਆਹ ਕੱਲ੍ਹ ਹੁਣ ਰਾਜਾ ਬੜਿੰਗ ਪ੍ਰਧਾਨ ਬਣਿਆ ਕਾਂਗਰਸ ਦਾ, ਲੈ ਰਾਜਾ ਬੜਿੰਗ ਦੀ ਵੀ ਤੁਹਾਨੂੰ ਮੈਂ ਗੱਲ ਦੱਸ ਦਿੰਦਾ, ਰਾਜਾ ਬੜਿੰਗ ਕਾਂਗਰਸ ਦਾ ਪ੍ਰਧਾਨ ਬਣਿਆ, ਪਹਿਲਾਂ ਜਾ ਕੇ ਇੰਦਰਾ ਗਾਂਧੀ ਨੂੰ ਮੱਥਾ ਟੇਕੀ ਜਾਂਦਾ, ਇੰਦਰਾ ਗਾਂਧੀ ਉਹਦੀ ਮਾਂ ਹੈ। ਇੰਦਰਾ ਗਾਂਧੀ ਤੇਰੀ ਮਾਂ ਕਿੱਧਰੋਂ ਬਣ ਗਈ ਭਰਾਵਾ? ਇੰਦਰਾ ਗਾਂਧੀ ਨੇ ਤਾਂ ਲੈ ਕੇ ਸਾਰਾ ਪੰਜਾਬ ਖਤਮ ਕਰ ਦੇਣਾ ਸੀਗਾ, ਤੂੰ ਇੰਦਰਾ ਗਾਂਧੀ ਨੇ ਉਹਨੂੰ ਮਾਂ ਮੰਨਦਾ। ਹੁਣ ਜਿਹੜਾ ਉਹ ਪ੍ਰਧਾਨ ਬਣਿਆ ਹੈ, ਫਿਰ ਉਹ ਇੱਕ ਇੰਦਰਾ ਗਾਂਧੀ, ਇੱਕ ਦੂਸਰਾ ਸੀਗਾ ਰਾਜੀਵ ਗਾਂਧੀ, ਇੱਕ ਉਹ ਬੇਅੰਤ ਸਿੰਘ, ਉਹਨਾਂ ਦੇ ਗੱਲ 'ਚ ਉਹਨਾਂ ਨੂੰ ਫੋਟੋਆਂ ਪਾਉਣੀਆਂ ਪਈਆਂ। ਹੁਣ ਮੈਂ ਰਾਜਾ ਬੜਿੰਗ ਨੂੰ ਪੁੱਛਣਾ ਚਾਹੁੰਦਾ ਇਹ ਗੱਲ, ਮੈਂ ਰਾਜਾ ਬੜਿੰਗ 'ਤੇ ਵੀ ਗੱਲ ਕਰ ਲੈਣਾ ਜਿਹੜੀਆਂ ਉੱਥੇ ਤਾਂ ਕੱਲ੍ਹ ਬੋਲਿਆ ਤੂੰ, ਮੈਂ ਸਾਰੀ ਤੇਰੀ ਸਪੀਚ ਸੁਣੀ। ਅਸੀਂ ਵਰਕਰਾਂ ਵੱਲ ਧਿਆਨ ਦੇਵਾਂਗੇ, ਅਸੀਂ ਪੰਜਾਬ ਦੇ ਜਿਹੜੇ ਲੀਡਰਾਂ ਵੱਲ ਧਿਆਨ ਦੇਵਾਂਗੇ। ਕੀ ਤੂੰ ਇੱਕ ਆਪਣੀ ਗੱਲ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਬੋਲੀ ਆ ਅਸੀਂ ਪੰਜਾਬ ਵੱਲ ਧਿਆਨ ਦੇਵਾਂਗੇ, ਅਸੀਂ ਪੰਜਾਬ ਨੂੰ ਧਿਆਨ, ਅਸੀਂ ਪੰਜਾਬ ਨੂੰ ਬਚਾਉਣ ਵੱਲ ਧਿਆਨ ਦੇਵਾਂਗੇ, ਅਸੀਂ ਪੰਜਾਬ ਨੂੰ ਬਚਾਵਾਂਗੇ, ਵਰਕਰਾਂ ਵੱਲ ਧਿਆਨ ਦੇਵਾਂਗੇ। ਉਹ ਗੱਲ ਛੱਡ ਦਿਓ, ਵਰਕਰਾਂ ਵਰਕਰਾਂ ਨੂੰ ਵੋਟਾਂ ਪੈਣੋਂ ਹਟ ਗਈਆਂ। ਜੇ ਪਿੰਡ ਦੇ ਵਿੱਚ ਤੁਹਾਡੇ ਕਾਂਗਰਸ ਦੇ 5 ਵਰਕਰ ਨੇਗੇ, 10 ਵਰਕਰ ਬਾਦਲਾਂ ਦੇ ਨੇਗੇ, ਅਗਲੀ ਵਾਰ ਝਾੜੂ ਵਾਲਿਆਂ ਦੇ ਤੁਹਾਡੇ 20 ਵਰਕਰ ਨੇ ਪਿੰਡ ਦੇ ਵਿੱਚ। ਲੋਕ ਜਿਹੜੇ ਸਿਆਣੇ ਹੋ ਗਏ, ਲੋਕ ਵਰਕਰਾਂ ਵਰਕਰਾਂ ਪਿੱਛੇ ਵੋਟਾਂ ਨਹੀਂ ਪਾਉਂਦੇ, ਲੋਕ ਬਦਲਾਅ ਨੂੰ ਵੋਟਾਂ ਪਾਉਂਦੇ ਨੇ, ਲੋਕ ਲੀਡਰਾਂ ਨੂੰ ਵੋਟਾਂ ਪਾਉਂਦੇ ਨੇ, ਲੋਕ ਲੋਕ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਹਨਾਂ ਨੂੰ ਵੋਟਾਂ ਪਾਉਂਦੇ ਨੇ। ਉਹ ਗੱਲ ਗਈਆਂ, ਤੁਸੀਂ ਵਰਕਰਾਂ ਵੱਲ ਧਿਆਨ ਦੇਣਾ ਛੱਡ ਦਿਓ, ਲੋਕਾਂ ਵੱਲ ਧਿਆਨ ਦਿਓ, ਪੂਰੇ ਪੰਜਾਬ ਵੱਲ ਧਿਆਨ ਦਿਓ। ਜਿਹੜੇ ਤੁਸੀਂ ਗੱਲ ਕਰਦੇ ਹੋ ਵਰਕਰਾਂ, ਹਰ ਇੱਕ ਲੀਡਰ ਇੱਕ ਗੱਲ ਬੋਲਦਾ, ਇੱਧਰੋਂ ਸੁਖਬੀਰ ਬਾਦਲ ਬੋਲਣ ਲੱਗ ਜੂ, ਵਰਕਰਾਂ ਵੱਲ ਧਿਆਨ ਦਿੱਤਾ ਜਾਊਗਾ, ਵਰਕਰਾਂ ਦੀ ਇੱਕ ਇੱਕ ਗੱਲ ਸੁਣੀ ਜਾਊਗੀ। ਇੱਧਰੋਂ ਕਾਂਗਰਸ ਵਾਲੇ ਬੋਲਣ ਲੱਗ ਜਾਣਗੇ, ਵਰਕਰਾਂ ਦੀ ਜਿਹੜੀ ਹਰ ਇੱਕ ਮੁਸ਼ਕਲ ਸੁਣੀ ਜਾਊਗੀ। ਇੱਧਰੋਂ ਫਿਰ ਐਵੇਂ ਜਿਕਰੂ ਝਾੜੂ ਵਾਲੇ ਲੱਗ ਜਾਣਗੇ, ਵਰਕਰਾਂ ਦੀ ਗੱਲ ਸੁਣੀ ਜਾਊ। ਵਰਕਰਾਂ ਵਰਕਰਾਂ ਪਿੱਛੇ ਵੋਟਾਂ ਕੋਈ ਨਹੀਂ ਪਾਉਂਦਾ। ਜੋ ਤੁਹਾਡਾ ਮੰਨ ਕੇ ਚੱਲ ਪਿੰਡ ਦੇ ਵਿੱਚ ਕਿਹਦਾ ਕਾਂਗਰਸ ਦਾ ਸਰਪੰਚ ਹੈ ਜਾਂ ਕਿਸੇ ਦਾ ਅਕਾਲੀਆਂ ਦਾ ਸਰਪੰਚ ਹੈ ਜਾਂ ਝਾੜੂ ਵਾਲਾ ਸਰਪੰਚ ਹੈ, ਸਰਪੰਚ ਮਗਰ 20 ਵੋਟਾਂ ਨਹੀਂ ਪੈਂਦੀਆਂ। ਆ ਸਾਡੇ ਪਿੰਡ ਵਾਲਾ ਸਰਪੰਚ ਚੰਨੀ ਦਾ ਪੱਕ ਪੂਰਦਾ ਸੀਗਾ, ਪਿੰਡ ਦੇ ਵਿੱਚੋਂ 100 ਵੋਟ ਨਿਕਲੀ ਹੈ, ਪਤਾ ਨਹੀਂ 50 ਵੋਟਾਂ ਨਿਕਲੀਆਂ ਨੇ। ਗੱਲ ਤਾਂ ਮੈਂ ਇਹ ਗੱਲ ਕਰਦਾ, ਉਹ ਤਾਂ ਗੱਲ ਪਹਿਲਾਂ ਮੈਨੂੰ ਮੁੱਦੇ ਦੀ ਗੱਲ ਕਰ ਲੈਂਦੇ ਵੀ ਸਰਪੰਚਾਂ ਨੇ ਸਾਡੇ ਜਿਹੜੇ ਸਾਰੇ ਸਰਪੰਚ ਸੀਗੇ ਚੰਨੀ ਕੰਨੀ ਹੋਏ ਫਿਰਦੇ ਸੀਗੇ ਵਧਾਉਣ ਵਾਲੇ, ਚੰਨੀ ਨੂੰ ਕਿੰਨੀਆਂ ਵੋਟਾਂ ਪਈਆਂ ਨੇਗੀਆਂ, ਜਮਾਂ ਜਵਾਨਤ ਜ਼ਬਤ ਹੋਣ ਵਾਲੀ ਹੋਊਗੀ। ਸਰਪੰਚਾਂ ਪਿੱਛੇ ਵੋਟਾਂ, ਵਰਕਰਾਂ ਪਿੱਛੇ ਵੋਟਾਂ ਨਹੀਂ ਪੈਂਦੀਆਂ। ਗੱਲ ਹੈ ਵੀ ਲੋਕ ਪੰਜਾਬ ਦੀ ਗੱਲ ਕਰੋ, ਜਿਹੜਾ ਪੰਜਾਬ ਦਾ ਮੁੱਦਾ ਕੀ ਆ, ਪੰਜਾਬ ਦੀ ਗੱਲ ਕਰੋ, ਪੰਜਾਬ ਦੇ ਪੰਜਾਬੀ ਕੋਈ ਸਾਡੀ ਸਿੱਖ ਕੌਮ ਦੀ ਗੱਲ ਕਰੋ, ਸਾਡੇ ਕੋਈ ਫਲਸਫੇ ਦੀ ਗੱਲ ਕਰੋ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਪੰਜਾਬ ਯੋਧਿਆਂ ਦੀ ਧਰਤੀ ਹੈ, ਉਹਨਾਂ ਦੀਆਂ ਗੱਲਾਂ ਬਾਤਾਂ ਕਰੋ। ਜੇ ਉਹੀ ਇੰਦਰਾ ਗਾਂਧੀ ਵਾਂਗੂ ਜਾ ਕੇ ਉਹਨਾਂ ਦੇ ਗਲਾਂ 'ਚ ਹਾਰ ਪਾਉਣੇ ਆ, ਫਿਰ ਤੁਹਾਡੀ ਤੁਹਾਨੂੰ ਕੋਈ ਨਹੀਂ ਪੁੱਛਦਾ। ਮੈਂ ਤੁਹਾਨੂੰ ਗੱਲ ਦੱਸਤੀ, ਇਸ ਵਾਰੀ 15 ਸੀਟਾਂ ਆ ਗਿਆ ਗਾਂ ਨੂੰ, ਉਹ ਵੀ ਨਹੀਂ ਆਉਣੀਆਂ ਕਾਂਗਰਸ ਨੂੰ। ਗੱਲ ਮੁੱਦਿਆਂ ਦੀ ਹੋਣੀ ਚਾਹੀਦੀ ਹੈ, ਗੱਲ ਪੰਜਾਬ ਨੂੰ ਬਚਾਉਣ ਦੀ ਹੋਣੀ ਚਾਹੀਦੀ ਹੈ ਵੀ ਗੱਲਾਂ ਕੀ ਨੇ। ਮੇਰਾ ਜਿਹੜਾ ਮੈਂ ਗੱਲ ਕਿਸੇ ਹੋਰ ਪਾਸੇ ਲੈ ਗਿਆ ਸੀਗਾ, ਮੇਰਾ ਜਿਹੜਾ ਮੇਨ ਮੁੱਦਾ ਸੀਗਾ ਅੱਜ ਗੱਲ ਕਰਦਾ, ਮੈਂ ਉਸ 'ਤੇ ਆ ਜਾਂ। ਇੱਕ ਮਿੰਟ ਦੇ ਵਿੱਚ ਮੈਂ ਆਪਦੀ ਗੱਲ ਸਮਾਪਤ ਕਰਨੀ ਹੈ ਕਿ ਪੰਜਾਬ ਇਸ ਟਾਈਮ ਜਿਹੜਾ ਪੰਜਾਬ ਦਾ ਸੰਕਟ ਹੈ, ਪੰਜਾਬ ਦੀ ਜਿਹੜੀ ਕਿਸਾਨੀ ਹੈ ਬੜੇ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ। ਪੰਜਾਬ ਹੁਣੀ ਜਿਹੜਾ ਪੰਜਾਬ ਦੇ ਵਿੱਚ ਬਿਜਲੀ ਸੰਕਟ ਆ ਰਿਹਾ, ਪੰਜਾਬ ਦੇ ਵਿੱਚ ਪਾਣੀ ਖਤਮ ਹੋਣ ਵਾਲਾ,
जिहड़े पंजाब दे पानी ते जे पंजाब दी बिजली संकट दे विचों पंजाब नूं कटना है तां पंजाब दी खेतीबाड़ी वल ध्यान देना पैना है। सब तो मैं ज़्यादा अपील करदा भी पंजाब दे वख-वख जिलिआं दे विच जिहड़े झोने दे विचों जिहड़ा रकबा कढ के पंजाब दे विच 40% जिहड़ा रकबा 60% पंजाब दे विच झोना लग जाए 40% जिहड़ा पंजाब दा रकबा उत्ते होर फसलां बीजणियां चाहीदियां नेगियां। जेकर पंजाब दे विच 40% होर फसलां बीजदियां ने ਤਾਂ ਪੰਜਾਬ ਦਾ ਪਾਣੀ ਬਚੂ ਅਤੇ ਪੰਜਾਬ ਦਾ ਬਿਜਲੀ ਸੰਕਟ ਦੇ ਵਿੱਚੋਂ ਪੰਜਾਬ ਨਿਕਲ ਸਕਦਾ। ਇਸ ਕਰਕੇ ਮੇਰਾ ਮੇਨ ਮੁੱਦਾ ਅੱਜ ਇਹ ਗੱਲਾਂ 'ਤੇ ਸੀਗਾ ਕਿ ਪੰਜਾਬ ਦੇ ਵਿੱਚ ਪੰਜਾਬ ਗੌਰਮੈਂਟ ਨੂੰ ਚਾਹੀਦਾ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਸਰਕਾਰ ਬਦਲੀ ਹੈ, ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਰਾਜਨੀਤਿਕ ਦੇ ਵਿੱਚ ਬਦਲਾਅ ਕਰਿਆ, ਇਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਖੇਤੀਬਾੜੀ ਬਦਲਾਅ ਕਰਨਾ ਪੈਣਾ, ਖੇਤੀਬਾੜੀ ਧੰਦਾ ਬਦਲਾਅ ਕਰਨਾ ਪੈਣਾ, ਤਾਂ ਜਿਹੜਾ ਪੰਜਾਬ ਉਹ ਬਚ ਸਕਦਾ। ਪੰਜਾਬ ਦੇ ਵਿੱਚ ਨਰਮਾ ਬਜਾਓ, ਮੱਕੀ ਬਜਾਓ, ਪੰਜਾਬ ਦੇ ਵਿੱਚ ਉਂਗੀ ਵਰਗੀਆਂ ਦਾਲਾਂ ਬਜਾਓ। ਹੁਣ ਗੱਲ ਇਹ ਹੈ ਕਿ ਬਿਜਲੀ ਦਾ ਟਾਈਮ 'ਤੇ ਆ ਨਹੀਂ ਰਹੀ, ਬਿਜਲੀ ਦਾ ਪੰਜਾਬ ਦੇ ਵਿੱਚ ਆ ਨਹੀਂ ਰਹੀ, ਕਿੱਥੋਂ ਨਰਮਾ ਬੀਜੀਏ, ਕਿੱਥੋਂ ਮੂੰਗੀ ਬੀਜੀਏ ਅਤੇ ਕਿੱਥੋਂ ਜਿਹੜਾ ਹੋਰ ਅਸੀਂ ਕੰਮ ਕਰੀਏ। ਨਾ ਸੂਹੇ ਨਹਿਰਾਂ ਦੇ ਵਿੱਚ ਪਾਣੀ ਹੈ, ਨਾ ਸੂਹੇ ਨਹਿਰਾਂ ਜਮ੍ਹਾਂ ਸੁੱਕੇ ਪੈ ਨੇਗੇ, ਨਾ ਉਹਨਾਂ ਦੇ ਵਿੱਚ ਪਾਣੀ ਹੈ, ਨਾ ਉਹਨਾਂ ਦੇ ਵਿੱਚ ਕੋਈ ਸਾਫ਼ ਸਫਾਈਆ ਕਰਾਇਆ ਗਿਆ। ਕਣਕ ਵੱਢਣ ਤੋਂ ਪਹਿਲਾਂ ਪੰਜਾਬ ਦੇ ਖਾਲ, ਪੰਜਾਬ ਦੇ ਜਿਹੜੇ ਖਾਲਾਂ ਦੇ ਸੂਹਿਆਂ ਦੀ ਸਫਾਈ ਹੋਣੀ ਚਾਹੀਦੀ। ਮਨਰੇਗਾ ਸਕੀਮ ਤਹਿਤ ਜਿਹੜੇ ਪੰਜਾਬ ਦੇ ਸੂਹਿਆਂ ਦੀ ਸਫਾਈ ਕਣਕ ਵੱਢਣ ਤੋਂ ਪਹਿਲਾਂ ਹੀ ਹੋ ਜਾਣੀ ਚਾਹੀਦੀ ਹੈ। ਹੁਣ ਬਾਈ ਕੀ ਹੈ, ਉਹ ਕਿਹੜਾ ਪੈਸੇ ਇਹਨਾਂ ਨੇ ਆਪ ਦੇਣੇ, ਉਹ ਵੀ ਸੈਂਟਰ ਗੌਰਮੈਂਟ ਨੇ ਦੇਣੇ, ਉਹ ਤਾਂ ਚਲੋ ਸਾਰਾ ਇਸ ਦਾ ਪਤਾ ਵੀ ਉਹਨਾਂ ਦੀ ਹੁਣ ਸਫਾਈ ਕਰਨਗੇ। ਹੁਣ ਜਿਹੜੇ ਪੰਜਾਬ ਦੇ ਵਿੱਚ ਨਰਮੇ, ਪੰਜਾਬ ਦੇ ਵਿੱਚ ਜਿਹੜੀਆਂ ਹੁਣ ਨਰਮੇ ਜੇ ਪੰਜਾਬ ਦੇ ਵਿੱਚ ਮੱਕੀ ਹੋਰ ਫਸਲਾਂ ਬੀਜਣ ਦਾ ਟਾਈਮ ਹੈ, ਹੁਣ ਪੰਜਾਬ ਦੇ ਵਿੱਚ ਪਾਣੀ ਛੱਡਣ ਦਾ ਹੱਕ ਬਣਦਾ। ਹਜੇ ਪਾਣੀ ਹੇਲ ਜਾ ਕੇ ਗਾਂ ਮਹੀਨੇ ਨੂੰ ਛੱਡਣਗੇ, ਹਜੇ ਹੁਣ ਜਿਹੜੇ ਸੂਏ ਸਾਫ਼ ਕਰਾਉਣਗੇ, ਅਸੀਂ ਉਸ ਮੁੱਦੇ 'ਤੇ ਵੀ ਗੱਲਬਾਤ ਕਰਾਂਗੇ। ਹਾਂਜੀ ਦੱਸ ਕੀ ਕਹਿਣਾ ਤੁਸੀਂ? ਜਿਵੇਂ ਮੰਨ ਲਾ ਪਹਿਲਾਂ ਪਾਣੀ ਛੱਡਿਆ ਹੋਵੇ, ਖਾਲ ਸਾਫ਼ ਹੋਣ, ਜਿਵੇਂ ਅੱਗਾਂ ਲੱਗਦੀਆਂ ਨੇ ਖਾਲਾਂ 'ਚ ਪਾਣੀ ਹੋਵੇ, ਬੜਾ ਸਹਾਰਾ ਲੱਗੇ। ਅੱਗੇ ਬਹੁਤ ਪਾਣੀ ਹੁੰਦੇ ਸੀਗੇ ਖਾਲਾਂ 'ਚ, ਹੁਣ ਤਾਂ ਸੂਏ 'ਚ ਪਾਣੀ ਨਹੀਂ ਆਉਂਦਾ, ਸਾਲ ਭਰ ਹੋ ਗਿਆ ਆਪਣੇ ਦਾ। ਜੇ ਆਉਂਦਾ ਤਾਂ ਜਾ ਕੇ ਡਰੇਨ 'ਚ ਪਈ ਜਾਂਦਾ, ਕਿਤੇ ਰਾਹ 'ਚ ਕੋਈ ਬੰਨ ਬੁੰਨ ਵੀ ਨਹੀਂ ਬਣਾਏ ਉਹਦੇ, ਨਾਲਾਂ 'ਚ ਤਾਂ ਪਾਣੀ ਨਹੀਂ ਪੈਂਦਾ, ਉਹ 'ਚੋਂ ਮਿੱਟੀ ਵੱਧ ਕੱਢ ਜਾਂਦੇ ਨੇ। ਇਸ ਕਰਕੇ ਬਾਈ ਤੁਹਾਡੇ ਵੱਲ ਇਹੀ ਜਿਹੜਾ ਤੁਹਾਡੇ ਗੱਲਾਂ ਵੱਲ ਧਿਆਨ ਦਿੱਤਾ ਗਿਆ। ਅਮਲ ਹਰ ਇੱਕ ਦਾ ਗੱਲ ਤਾਂ ਹੁੰਦਾ, ਕਈ ਵਾਰੀ ਹੁੰਦਾ ਸੋਸ਼ਲ ਮੀਡੀਆ 'ਤੇ ਕਈ ਬੰਦਿਆਂ ਨੇ ਰੌਲਾ ਪਾਇਆ, ਤਾਂ ਜਿਹੜੇ ਪੰਜਾਬ ਦੇ ਕਿਸਾਨਾਂ ਦੇ ਜਿਵੇਂ ਜਿਹੜੇ ਕਰਜ਼ੇ ਫਰੰਟ ਜਾਰੀ ਕਰੇ ਸੀ, ਉਹ ਲੈ ਲਏ ਚੱਕ ਕੇ ਵਾਪਸ। ਸੋਸ਼ਲ ਮੀਡੀਆ 'ਤੇ ਬੋਲਣਾ ਬਹੁਤ ਜ਼ਿਆਦਾ ਜ਼ਰੂਰੀ ਆ, ਸਾਰੇ ਲੀਡਰ ਸੁਣਦੇ ਨੇ ਵੀ ਬਗਾਵਤ ਸ਼ੁਰੂ ਹੋ ਗਈ ਆ ਗੱਲਾਂ ਦੀ ਜੇ ਨਾ ਕੰਮ ਕੀਤੇ। ਇਸ ਕਰਕੇ ਇੱਥੇ ਬੋਲਣਾ ਵੀ ਜ਼ਰੂਰੀ ਹੁੰਦਾ ਪੰਜਾਬ ਦੇ ਮੁੱਦੇ। ਧੰਨਵਾਦ ਜੀ, ਘੱਟ ਦੇ।